ਅਸੀਂ ਸਾਹਿਬ ਕੁਲਦੀਪ ਮਾਨਕ ਜੀ ਦੇ 8ਵੀਂ ਬਰਸੀ ਤੇ ਮੌਜੂਦ ਆ ਪਿੰਡ ਜਲਾਲਦੀਵਾਲ ਦੇ ਵਿੱਚ, ਜਿੱਥੇ ਸਾਡੇ ਨਾਲ ਮੌਜੂਦ ਨੇ ਦਲਵਿੰਦਰ ਦਿਆਲਪੁਰੀ ਜੀ। ਦਲਵਿੰਦਰ ਦਿਆਲਪੁਰੀ ਜੀ, ਅੱਜ ਕੁਲਦੀਪ ਮਾਨਕ ਸਾਹਿਬ ਜੀ ਦੀ 8ਵੀਂ ਬਰਸੀ ਹੈ, ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਸਾਨੂੰ ਉਹਨਾਂ ਦੇ ਜਾਣ ਦਾ ਦੁੱਖ ਵੀ ਹੈ, ਉੱਥੇ ਅਸੀਂ ਸਾਰੇ ਸ਼ਾਗਿਰਦ, ਉਹਨਾਂ ਦੇ ਸਟੂਡੈਂਟ, ਬਹੁਤ ਸਾਰੇ ਉਹਨਾਂ ਦੇ ਸ਼ਾਗਿਰਦ ਨੇ, ਅਸੀਂ ਰਲ ਕੇ ਇਕੱਠੇ ਉਹਨਾਂ ਦੀ ਬਰਸੀ ਨੂੰ ਉਹਨਾਂ ਨੂੰ ਯਾਦ ਕਰ ਰਹੇ, ਉਹਨਾਂ ਦੀ ਬਰਸੀ ਮਨਾ ਰਹੇ ਹਾਂ। ਅਤੇ ਨਾਲ ਦੀ ਨਾਲ ਆਪਣੇ ਵੱਲੋਂ ਅਸੀਂ ਜਲੰਧਰ ਤੋਂ ਆਏ ਹਾਂ, ਕਰਤਾਰਪੁਰ ਤੋਂ, ਪੂਰਾ ਇੱਥੇ ਜਥਾ ਲੈ ਕੇ ਆਏ ਹਾਂ ਔਰ ਇੱਥੇ ਸ਼ਰਧਾ ਦੇ ਫੁੱਲ ਅਰਪਣ ਕਰਨ ਆਏ ਹਾਂ ਔਰ ਕੁਲਦੀਪ ਮਾਨਕ ਸਾਹਿਬ ਦੀਆਂ ਯਾਦਾਂ ਨੂੰ, ਉਹਨਾਂ ਦੀਆਂ ਗਾਲਾਂ ਨੂੰ, ਉਹਨਾਂ ਦੇ ਘਸੋਨ ਮੁੱਕਿਆਂ ਨੂੰ, ਉਹਨਾਂ ਨੇ ਸਾਨੂੰ ਦੱਸਿਆ ਕਿ ਸਟਰਗਲ ਕਰੋ ਕਿਉਂਕਿ ਲਾਈਫ ਇਜ਼ ਅ ਸੈਕਿੰਡ ਨੇਮ ਸਟਰਗਲ। ਉਹਨਾਂ ਦੀਆਂ ਯਾਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਸ਼੍ਰੀ ਕੁਲਦੀਪ ਮਾਨਕ ਸਾਹਿਬ ਜੀ ਨੂੰ। ਸੋ ਤੁਸੀਂ ਕਿੰਨੇ ਸਾਲ, 8 ਸਾਲਾਂ ਤੋਂ ਹੀ ਤੁਸੀਂ ਇੱਥੇ ਆ ਰਹੇ ਹੋ? ਜੀ, 8 ਸਾਲਾਂ ਤੋਂ ਅਸੀਂ ਇੱਥੇ ਆ ਰਹੇ ਹਾਂ। ਅਸੀਂ ਜਲੰਧਰ ਵੀ ਬਹੁਤ ਵੱਡਾ ਮੇਲਾ ਲਾਉਂਦੇ ਹਾਂ ਸ਼੍ਰੀ ਕੁਲਦੀਪ ਮਾਨਕ ਸਾਹਿਬ ਜੀ ਦਾ, ਔਰ ਪਿੰਡ ਜਗਪਾਲਪੁਰ ਫਗਵਾੜੇ ਲਾਗੇ ਉੱਥੇ ਵੀ ਅਸੀਂ ਮੇਲਾ ਲਾਉਂਦੇ ਹਾਂ। ਬਸ ਇਹ ਹੈ ਕਿ ਮੇਲਾ ਮੇਲੀਆਂ ਦਾ, ਯਾਰਾ ਬੇਲੀਆਂ ਦਾ। ਬਿਲਕੁਲ ਸਰ, ਤੁਸੀਂ ਇਸ ਮੌਕੇ 'ਤੇ ਕੀ ਕਹਿਣਾ ਚਾਹੋਗੇ ਕਿ ਕੁਲਦੀਪ ਮਾਨਕ ਸਾਹਿਬ ਜੀ ਨੂੰ ਅੱਜ ਪੂਰੀ ਦੁਨੀਆ, ਮਤਲਬ ਕਿ ਉਹਨਾਂ ਦੀ ਇੱਜ਼ਤ ਕਰ ਰਹੀ ਹੈ, ਉਹਨਾਂ ਦੇ ਨਾਮ 'ਤੇ ਮੇਲੇ ਲੱਗ ਰਹੇ ਨੇ, ਕਿ ਉਹ ਕਿੰਨੇ ਮਹਾਨ ਹਸਤੀ ਸਨ? ਬਹੁਤ ਜ਼ਿਆਦਾ। ਇਹ ਮੈਂ NRI TV ਰਾਹੀਂ ਦੱਸਣਾ ਚਾਹੁੰਦਾ ਕਿ ਅਸੀਂ ਅੱਜ ਗੱਡੀ 'ਚ ਬੈਠੇ ਬੈਠੇ ਸੋਚਦੇ ਰਹੇ ਸੀ ਕਿ ਐਡੇ ਵੱਡੇ ਬੰਦੇ ਦੇ ਨਾਂ 'ਤੇ ਕਿੱਥੇ ਆ ਟਿੱਬੇ, ਦੇਖੋ ਆ ਬੋੜਾਂ ਥੱਲੇ ਆਪਾਂ ਬੈਠੇ ਹਾਂ। ਬਿਲਕੁਲ ਪਿੰਡੂ ਔਰ ਦਿਹਾਤੀ ਔਰ ਰੂਰਲ ਏਰੀਆ ਦੇ ਵਿੱਚ ਲੋਕ ਇੰਨੀ ਮੁਹੱਬਤ ਕਰ ਰਹੇ ਨੇ, ਕੋਈ ਤਵਿਆ ਰਿਕਾਰਡ ਲਾ ਰਿਹਾ, ਕੋਈ ਲੰਗਰ ਲਾਇਆ ਹੋਇਆ ਕਿਸੇ ਨੇ, ਕੋਈ ਚਾਹ ਪਿਆ ਰਿਹਾ ਅਤੇ ਕੋਈ ਪਾਣੀ ਪਿਆ ਰਿਹਾ, ਕੋਈ ਸਟੇਜ 'ਤੇ ਗਵਾ ਰਿਹਾ, ਕੋਈ ਮਜੀਸ਼ੀਅਨ ਵਜਾ ਰਹੇ ਨੇ, ਐਡੇ ਵੱਡੇ ਨਾਂ ਦੇ ਬੰਦੇ। ਕਿਉਂਕਿ ਜੋ ਕੁਛ ਲੋਕ ਨੇ ਜਿੱਦਾਂ ਸ਼੍ਰੀ ਕੁਲਦੀਪ ਮਾਨਕ ਸਾਹਿਬ, ਮੁਹੰਮਦ ਰਫੀ ਸਾਹਿਬ, ਲਤਾ ਮੰਗੇਸ਼ਕਰ ਜੀ, ਨੁਸਰਤ ਫਤਿਹ ਅਲੀ ਖਾਨ ਸਾਹਿਬ, ਇਹ ਲੋਕ ਜਿਹੜੇ ਕੁਦਰਤ ਨੇ ਬਣਾ ਕੇ ਭੇਜੇ ਹੋਏ ਨੇ, ਠੀਕ ਨਹੀਂ ਗੱਲ? ਅਮਿਤਾਭ ਬੱਚਨ, ਸ਼ਾਹਰੁਖ ਖਾਨ ਸਾਹਿਬ, ਇਹ ਲੋਕ ਜਿਹੜੇ ਕੁਦਰਤ ਨੇ ਤਰਾਸ਼ ਕੇ ਭੇਜੇ ਹੋਏ ਨੇ, ਜਿਹਨਾਂ ਨੂੰ ਇੱਥੇ ਲੋਕ ਯਾਦ ਕਰਦੇ ਨੇ। ਸੋ ਜੇ ਅੱਜ ਦੀ ਮੇਲੇ ਦੀ ਗੱਲ ਕਰੀਏ ਤਾਂ ਤੁਹਾਨੂੰ ਕਿਤੇ ਵੀ ਕੁਲਦੀਪ ਮਾਨਕ ਸਾਹਿਬ ਜੀ ਦੀ ਕਮੀ ਮਹਿਸੂਸ ਹੋ ਰਹੀ ਹੈ? ਮਹਿਸੂਸ ਤਾਂ ਹੋ ਰਹੀ ਹੈ, ਪਰ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਉਹ ਹੈ ਨੇ, ਇੱਥੇ ਮੌਜੂਦ ਨੇ ਇਸ ਟਾਈਮ? ਹਾਂਜੀ ਮੈਡਮ ਜੀ, ਇਹ ਵੀ ਬਹੁਤ ਵਧੀਆ ਸਵਾਲ ਕੀਤਾ। ਹੁਣ ਮੈਨੂੰ ਲੱਗਦਾ ਕਿ ਉਹ ਕਿਤੇ ਘੁੰਮ ਰਹੇ ਨੇ, ਦੇਖ ਰਹੇ ਨੇ ਅਤੇ ਉਹਨਾਂ ਦਾ ਆਸ਼ੀਰਵਾਦ, ਕਿਉਂਕਿ ਮੈਂ ਦੱਸਣਾ ਚਾਹੁੰਦਾ NRI TV ਦੇ ਰਾਹੀਂ ਕਿ ਮੈਂ ਜਿੰਨੇ ਵੀ ਮੇਰੇ ਬੱਚੇ ਪੜ੍ਹਦੇ ਨੇ, ਲਿਖਦੇ ਨੇ, ਵਧੀਆ ਸਕੂਲਾਂ ਦੇ ਵਿੱਚ ਰੋਟੀ ਪਾਣੀ ਖਾਂਦੇ ਨੇ, ਉਹ ਸ਼੍ਰੀ ਕੁਲਦੀਪ ਮਾਨਕ ਸਾਹਿਬ ਕਰਕੇ, ਕਿਉਂਕਿ ਮੈਂ ਉਹਨਾਂ ਦਾ ਗਾਉਣਾ ਹੈ, ਮੈਂ ਉਹਨਾਂ ਦੀਆਂ ਤਰਜ਼ਾਂ ਗਾਉਣਾ, ਉਹਨਾਂ ਨੂੰ ਸਟੇਜ 'ਤੇ ਫਾਲੋ ਕਰਦਾ ਰਹਾਂਗਾ। ਉਹ ਕੁਲਦੀਪ ਮਾਨਕ ਸਾਹਿਬ ਮੇਰੇ 'ਤੇ ਆਸ਼ੀਰਵਾਦ ਹੈ ਔਰ ਉਹ ਅੱਜ ਇੱਥੇ ਲੱਗ ਰਿਹਾ ਕਿ ਆਪਣਾ ਮੇਲਾ ਦੇਖ ਰਹੇ ਨੇ, ਘੁੰਮ ਰਹੇ ਨੇ। ਬਿਲਕੁਲ, ਤੁਹਾਨੂੰ ਲੱਗਦਾ ਕਿ ਪੰਜਾਬੀ ਗਾਇਕੀ ਦਾ ਨਾਮ ਹੀ ਕੁਲਦੀਪ ਮਾਨਕ ਹੈ? ਹਾਂਜੀ, ਇਹ ਵੀ ਕਹਿ ਸਕਦੇ ਹਾਂ ਜੀ। ਹੋਰ ਵੀ ਸੱਜਣ ਬਹੁਤ ਨੇ, ਸਤਿਕਾਰਯੋਗ ਹਸਤੀਆਂ ਨੇ, ਕਿਉਂਕਿ ਉਹਨਾਂ ਦਾ ਫੋਕ ਦਾ ਲਿਹਾਜ਼ਾ ਸੀਗਾ ਔਰ ਉਹਨਾਂ ਦਾ ਕਵਾਲੀ ਨੁਮਾ ਲਿਹਾਜ਼ਾ ਸੀਗਾ, ਛੰਦ ਦਾ ਲਿਹਾਜ਼ਾ ਸੀਗਾ, ਕਵਿਸ਼ਰੀ ਵਾਲਾ ਲਿਹਾਜ਼ਾ ਸੀਗਾ, ਢੱਡ ਵਾਰ ਦਾ ਲਿਹਾਜ਼ਾ ਸੀਗਾ, ਝੋਕ ਦੇ ਛੰਦਾਂ ਦਾ ਲਿਹਾਜ਼ਾ ਸੀਗਾ ਔਰ ਦੇਸ਼ ਪਿਆਰ ਦਾ ਲਿਹਾਜ਼ਾ ਸੀਗਾ, ਧਾਰਮਿਕ ਗੀਤਾਂ ਸਿੱਖ ਧਰਮ ਦੇ ਗਾਣਿਆਂ ਦਾ ਲਿਹਾਜ਼ਾ ਸੀਗਾ, ਕਿਉਂਕਿ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ 'ਤੇ ਹੈ, ਪਰ ਉਹ ਕੁਲਦੀਪ ਮਾਨਕ ਸਾਹਿਬ ਇੱਕ ਲੋਕ ਗਾਇਕੀ ਦਾ ਧੁਰਾ ਸੀ। ਬਿਲਕੁਲ, ਅਤੇ ਤੁਸੀਂ ਵੀ ਬਿਲਕੁਲ ਘੱਟ ਨਹੀਂ ਹੋ, ਤੁਸੀਂ ਵੀ ਇੱਕ ਮਹਾਨ ਹਸਤੀ ਹੋ ਸਾਡੇ ਲਈ, ਕਿਉਂਕਿ ਅਸੀਂ ਤੁਹਾਡੇ ਗਾਣੇ ਸੁਣੇ ਆ, ਪਰਸਨਲੀ ਮੈਂ ਬਹੁਤ ਸਾਰੇ ਤੁਹਾਡੇ ਗਾਣੇ ਸੁਣੇ ਹੋਏ ਆ ਅਤੇ ਕਿਤੇ ਨਾ ਕਿਤੇ ਤੁਹਾਡੇ ਸੌਂਗ ਦੇ ਵਿੱਚ ਵੀ ਰੂਹਾਨੀਅਤ ਵੱਸਦੀ ਹੈ, ਸੋ ਮੈਂ ਇਸ ਮੌਕੇ 'ਤੇ ਜ਼ਰੂਰ ਚਾਹੂੰਗੀ ਕਿ ਤੁਸੀਂ ਕੁਝ ਜ਼ਰੂਰ ਸੁਣਾਓ। ਕਿ ਜਾਈਦਾ ਸੀ ਮੇਲੇ ਲਿਸ਼ਕਾ ਕੇ ਡਾਂਗ ਨੂੰ ਲਾ ਕੇ ਮੋਢੇ ਮਿੱਤਰ, ਮਾਣਾ ਮੂਹੀ ਭਾਰ ਪਹਿਲਵਾਨ ਚੱਕ ਦੇ ਲਾ ਕੇ ਗੋਡੇ ਮਿੱਤਰ, ਨਿੱਤ ਪੱਤਾ ਲੈ ਕੇ ਜੱਟੀ ਖੇਤ ਜਾਮਦੀ ਸਿਖਰ ਦੁਪਹਿਰ ਨੂੰ, ਬੋੜਾ ਥੱਲੇ ਬੈਠ ਬਾਪੂ ਯਾਦ ਕਰਦੇ ਵਈ ਲਾਹੌਰ ਸ਼ਹਿਰ ਨੂੰ, ਬੋੜਾ ਥੱਲੇ ਬੈਠ ਬਾਪੂ ਯਾਦ ਕਰਦੇ ਵਈ ਲਾਹੌਰ ਸ਼ਹਿਰ ਨੂੰ। ਮੇਰੇ ਕੋਲ ਤਾਰੀਫ ਕਰਨ ਦੇ ਲਈ ਕੋਈ ਸ਼ਬਦ ਨਹੀਂ ਹੈ, ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਤੁਸੀਂ ਹਮੇਸ਼ਾ ਐਨਵਾਇਰਮੈਂਟ ਨੂੰ, ਵਾਤਾਵਰਣ ਨੂੰ ਲੈ ਕੇ ਹਮੇਸ਼ਾ, ਮੈਂ ਤੁਹਾਡੇ ਅੰਦਰ, ਮੈਂ ਦੇਖੋ ਕਿੰਨੀ ਕਿੰਨੀ ਵਧੀਆ ਆਕਸੀਜਨ, ਜਿਹੜਾ ਪਿੱਪਲ ਬੋਰਡ ਆਕਸੀਜਨ ਦੇ ਰਿਹਾ, ਸ਼ਹਿਰ ਦੀ ਜ਼ਿੰਦਗੀ ਦਾ, ਪਿੰਡ ਦੀ ਜ਼ਿੰਦਗੀ ਬੜੀ ਖੂਬਸੂਰਤ ਆ, ਇਨਵਾਇਰਮੈਂਟ ਚਾਹੀਦਾ ਸਾਡੇ। ਮੇਰੇ ਜ਼ਿਲ੍ਹੇ ਦੇ ਵਿੱਚ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਸੰਤ ਬਾਬਾ ਅਵਤਾਰ ਸਿੰਘ ਸੀਚੇ ਵਾਲੇ ਨੇ, ਅਸੀਂ ਉਹਨਾਂ ਦੇ ਮਾਰਗ ਦਰਸ਼ਨ 'ਤੇ ਚੱਲ ਰਹੇ ਹਾਂ। ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਸਾਰੇ NRI TV ਜਿੰਨੇ ਵੀ ਕੈਮਰੇ 'ਤੇ ਆ, ਤੁਸੀਂ ਹੋਸਟ ਹੋ, ਜਿਹਨਾਂ ਐਡਿਟ ਕਰਨਾ ਔਰ ਜਿੰਨੇ ਦੇਖ ਰਹੇ ਦਰਸ਼ਕ, ਮੇਰੇ ਵੱਲੋਂ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਤੁਹਾਡਾ।